ਸਰੋਂ ਦਾ ਝਾੜ ਵਧਾਉਣ ਲਈ ਹੁਣ ਸਭ ਤੋਂ ਜ਼ਰੂਰੀ ਕੰਮ ਕਰਨ ਦੀ ਜ਼ਰੂਰਤ ਹੈ ਆਪਾਂ ਨੂੰ ਕਿਉਂਕਿ ਇਸ ਵੇਲੇ ਜਿਹੜੀ ਸਾਡੀ ਸਰੋਂ ਆ ਉਸ ਨੂੰ ਫੁੱਲ ਪੈਣੇ ਸ਼ੁਰੂ ਹੋ ਗਏ ਤੇ ਫੁੱਲਾਂ ਤੋਂ ਬਾਅਦ ਫਲੀਆਂ ਬਣਨੀਆਂ ਸ਼ੁਰੂ ਹੋਣੀਆਂ ਜਾਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜੇ ਦੇ ਨਾਲ ਪ੍ਰੋਡਕਸ਼ਨ ਵਧੇ ਕਿਉਂਕਿ ਇਸ ਟਾਈਮ ਤੇ ਜੇ ਆਪਾਂ ਨੂੰ ਚੰਗੀ ਤਰ੍ਹਾਂ ਸੰਭਾਲ ਲਾਂਗੇ ਤਾਂ ਪੋਲੀਨੇਸ਼ਨ ਜਿਹੜੀ ਉਹ ਸਾਡੀ ਪ੍ਰੋਪਰ ਹੋਊਗੀ ਜੇ ਪੋਲੀਨੇਸ਼ਨ ਪ੍ਰੋਪਰ ਹੋਊਗੀ ਫਲੀਆਂ ਜ਼ਿਆਦਾ ਬਣਨਗੀਆਂ ਤੇ ਫਲੀਆਂ ਦੇ ਵਿੱਚ ਜਿਹੜੇ ਦਾਣੇ ਆ ਜੀ ਉਹ ਮੋਟੇ ਕਿਵੇਂ ਕਰਨੇ ਆ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਆਪਾਂ ਇਸ ਵੀਡੀਓ ਦੇ ਵਿੱਚ ਸਾਂਝੀਆਂ ਕਰਾਂਗੇ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਿਓ ਸਰੋਵਰ ਨੂੰ ਜਿੰਨੇ ਵੀ ਫੁੱਲ ਲੱਗੇ ਸਾਰੇ ਫੁੱਲ ਤੋਂ ਫਲੀਆਂ ਬਣ ਜਾਣ ਤੇ ਫਲੀਆਂ 'ਚ ਦਾਣੇ ਦੀ ਕੁਆਲਿਟੀ ਬਹੁਤ ਵਧੀਆ ਬਣੇ ਇਹ ਜਿਹੜੀਆਂ ਗੱਲਾਂ ਇਹਨੂੰ ਕਈ ਫੈਕਟਰ ਪ੍ਰਭਾਵਿਤ ਕਰਦੇ ਨੇ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ 'ਚ ਤੁਹਾਡੇ ਨਾਲ ਕਰਾਂਗੇ ਇਹ ਤਾਂ ਵੀਡੀਓ ਨੂੰ YouTube ਤੇ ਵੇਖ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ Facebook ਤੇ ਵੇਖ ਰਿਹਾ ਤਾਂ ਪੇਜ ਨੂੰ ਲਾਈਕ ਕਰ ਤੇ ਫੋਲੋ ਜ਼ਰੂਰ ਕਰੋ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਆ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮ ਇੱਕ ਦੋ ਗੱਲਾਂ ਜਿਹੜੀਆਂ ਮੈਂ ਸਭ ਤੋਂ ਪਹਿਲਾਂ ਕਲੀਅਰ ਕਰਨੀਆਂ ਚਾਹੁੰਦਾ ਕਿ ਜਦੋਂ ਵੀ ਸਰੋਂ ਦੇ ਉੱਤੇ ਆਪਾਂ ਕੋਈ ਸਪਰੇਅ ਕਰਨੀ ਆ ਤਾਂ ਸਪਰੇਅ ਦਾ ਜਿਹੜਾ ਲੇਬਲ ਉਹ ਚੈੱਕ ਕਰਨਾ ਸਾਨੂੰ ਜ਼ਰੂਰੀ ਹੈ ਹਮੇਸ਼ਾ ਸਰੋਂ ਦੇ ਸਪਰੇਅ ਕਰਨ ਲੱਗਿਆਂ ਗ੍ਰੀਨ ਲੈਵਲ ਦੀਆਂ ਸਪਰੇਅਾਂ ਜਿਹੜੀ ਵਰਤੋਂ ਕਰੋ ਜਾਂ ਵੱਧ ਤੋਂ ਵੱਧ ਤੁਸੀਂ ਕਰਨਾ ਤੁਹਾਡੇ ਕੋਲ ਨਹੀਂ ਹੁੰਦੀਆਂ ਤਾਂ yellow ਲੈਵਲ ਦੀਆਂ ਸਪਰੇਅਾਂ ਕਰੋ ਜਿੱਦਾਂ ਆਪਣੇ ਬਹੁਤ ਮੋਨੋ ਵਗੈਰਾ ਜਾਂ ਹੋਰ ਕੋਈ ਯਾਦੀਆਂ ਜਰੀਲੀਆਂ ਸਪਰੇਅਾਂ ਸਰੋਂ ਦੇ ਉੱਪਰ ਕਰ ਦਿੰਦੇ ਨੇ ਤਾਂ ਉਹ ਜਿਹੜੀਆਂ ਸਰੋਂ ਦੇ ਉੱਪਰ ਨਹੀਂ ਕਰਨੀਆਂ ਚਾਹੀਦੀਆਂ ਉਹਦੀਆਂ ਮੁੱਖ ਕਾਰਨ ਇਹ ਹੈ ਕਿ ਜਿਹੜੀਆਂ ਸ਼ਹਿਤ ਦੀਆਂ ਮੱਖੀਆਂ ਨੇ ਉਹ ਪੋਲੀਨੇਸ਼ਨ ਕਰਦੀਆਂ ਨੇ ਸਰੋਂ 'ਚ ਕਿਉਂਕਿ ਸਰੋਂ 'ਚ ਫੁੱਲਾਂ ਦੀ ਮਾਤਰਾ ਬਹੁਤ ਹੀ ਜ਼ਿਆਦਾ ਹੁੰਦੀ ਹੈ ਜੀ ਤੇ ਸਾਰੇ ਫੁੱਲ ਤੋਂ ਫਲੀਆਂ ਬਣਾਉਣ ਲਈ ਪੋਲੀਨੇਸ਼ਨ ਜ਼ਰੂਰੀ ਹੈ ਤੇ ਜਦੋਂ ਅਸੀਂ ਕੁਝ ਜ਼ਰੀਲੀਆਂ ਸਪ੍ਰੇਆਂ ਕਰ ਦਿੰਨੇ ਆ ਤਾਂ ਸ਼ਾਇਦ ਦੀਆਂ ਮੱਖੀਆਂ ਵੀ ਕਰਾ ਜਿਹੜੀਆਂ ਮਰ ਜਾਂਦੀਆਂ ਨੇ ਜਾਂ ਉਹ ਫਿਰ ਆਪਣੀ ਜੀ ਤੇਜ਼ ਸਮੈਲ ਕਰਕੇ ਜਾਂ ਇਨਸੈਕਟੀਸਾਈਡ ਦੇ ਛਰਕਾ ਕਰਕੇ ਉਹ ਸਰੋਂ ਦੇ ਉੱਪਰ ਨਹੀਂ ਆਉਂਦੀਆਂ ਤਾਂ ਉਦੋਂ ਸਾਡੀ ਪੋਲੀਨੇਸ਼ਨ ਜਿਹੜੀ ਉਹ ਪ੍ਰਭਾਵਿਤ ਹੋ ਜਾਂਦੀ ਹੈ ਤੇ ਜੇ ਪੋਲੀਨੇਸ਼ਨ ਜਿਹੜੀ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋਈ ਤਾਂ ਸਾਡੇ ਜਿਹੜੇ ਫੁੱਲ ਹੈ ਜੀ ਉਸ ਤੋਂ ਫਲੀਆਂ ਨਹੀਂ ਬਣਨੀਆਂ ਜੇ ਫਲੀਆਂ ਨਾ ਬਣਨ ਗਿਆ ਤਾਂ ਸਾਡਾ ਝਾੜ ਘਟ ਜਾਣਾ ਤਾਂ ਇਸ ਕਰਕੇ ਹਮੇਸ਼ਾ ਗ੍ਰੀਨ ਲੈਵਲ ਸਪ੍ਰੇਆਂ ਦੀ ਵਰਤੋਂ ਕਰੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਕਿਹੜੀਆਂ-ਕਿਹੜੀਆਂ ਸਪ੍ਰੇਆਂ ਆਪਾਂ ਨੂੰ ਕਰਨ ਦੀ ਜ਼ਰੂਰਤ ਪੈ ਸਕਦੀ ਹੈ ਜਾਂ ਜ਼ਰੂਰਤ ਪੈਂਦੀ ਹੈ ਜਦੋਂ ਫੁੱਲ ਤੋਂ ਫਲੀ ਬਣਨੀ ਸ਼ੁਰੂ ਹੁੰਦੀ ਹੈ ਤਾਂ ਉਸ ਟਾਈਮ ਤੇ ਤੁਸੀਂ 05234 ਦੇ ਨਾਲ ਜਾਂ 04932 ਦੇ ਨਾਲ ਰਲਾ ਕੇ ਬੋਰੋਨ ਦੀ ਇੱਕ ਸਪਰੇ ਕਰਨੀ ਹੈ 04932 ਦੀ ਡੋਜ਼ 10 ਗ੍ਰਾਮ ਤੱਕ ਲੈਣੀ ਹੈ ਜੀ 1 ਲੀਟਰ ਪਾਣੀ ਦੇ ਵਿੱਚ ਤੇ ਬੋਰਨ ਦੀ ਜਿਹੜੀ ਡੋਜ਼ ਹੈ ਜੀ ਉਹ 1 ਗ੍ਰਾਮ ਤੱਕ ਲੈਣੀ ਹੈ ਜੀ 1 ਲੀਟਰ ਪਾਣੀ ਚ ਇਹਦੇ ਕਿਨੇ ਲੀਟਰ ਤੁਸੀਂ ਪਾਣੀ ਵਰਤਾਂ ਉਹਦੇ ਹਿਸਾਬ ਨਾਲ ਡੋਜ਼ਾਂ ਬਣਾ ਲੈਣੀਆਂ ਜੀ ਤੇ ਇਸ ਤੋਂ ਬਾਅਦ ਲੋਡ ਪੈਣ ਤੇ ਲੋਡ ਪੈਣ ਤੇ ਨਹੀਂ ਦੋ ਫੰਗੀਸਾਈਡ ਆਪਾਂ ਜ਼ਰੂਰੀ ਕਰਨੇ ਆ ਜੀ ਸਰੋਂ ਦੇ ਵਿੱਚ ਸਰੋਂ ਚ ਫੰਗੀਸਾਈਡ ਜੇ ਕਰਨਿਆ ਤਾਂ ਉੱਚ ਤੁਸੀਂ ਟੈਬੂਕੋਨਾਜ਼ੋਲ ਤੇ ਸਲਫਰ ਵਾਲਾ ਜਿਹੜਾ ਰਲਿਆ ਮਿਸ਼ਰਣ ਹੈ ਜੀ ਉਹ ਲੈ ਸਕਦੇ ਹੋ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਕਿਉਂਕਿ ਜੇ ਤੁਸੀਂ ਕੋਈ ਹੋਰ ਫੰਗੀਸਾਈਡ ਕਰਨਾ ਤਾਂ ਤੁਹਾਨੂੰ ਸਲਫਰ ਦੀਆਂ ਦੋ ਸਪ੍ਰੈਅ ਸਰੋਂ ਤੇ ਫਿਰ ਵੀ ਕਰਨੀਆਂ ਪੈਣਗੀਆਂ ਤਾਂ ਇਸ ਤੋਂ ਬੈਟਰ ਹੈ ਕਿ ਆਪਾਂ ਟੈਬੂ ਕੋਨਾ ਜੋਲ ਤੇ ਸਲਫਰ ਵਾਲਾ ਜਿਹੜਾ ਰਲਿਆ ਮਿਸ਼ਰਣ ਆਉਂਦਾ ਹੈ ਜੀ ਉਹ ਲੈ ਲਈਏ ਤੇ 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਾਂ ਉਹਦੀ ਸਪਰੇਅ ਕਰਦੀਏ ਤਾਂ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲ ਸਕਦੇ ਨੇ 300 ਗ੍ਰਾਮ ਤੱਕ ਵੀ ਪਾਇਆ ਜਾ ਸਕਦਾ ਪਰ 250 ਗ੍ਰਾਮ ਦੇ ਹਿਸਾਬ ਨਾਲ ਆਪਾਂ ਸਪਰੇਅ ਕਰ ਸਕਦੇ ਆ ਅੱਧਾ ਕਿਲੋ ਜੇ ਤੁਸੀਂ ਲੈ ਲਓ ਤੇ ਦੋ ਸਪਰੇਅ ਕਰਨੀਆਂ ਉਹਦੀਆਂ ਸਪਰੇਅਾਂ ਕਰਨ ਦਾ ਜਿਹੜਾ ਸਮਾਂ ਹੈ ਜੀ ਇੱਕ ਤਾਂ ਜਦੋਂ ਕੋਰਾ ਪੈਣਾ ਪੈਣ ਲੱਗ ਜਾਏ ਉਸ ਟਾਈਮ ਤੇ ਕਰੋ ਜੀ ਉਹਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਜਿਹੜਾ ਸਲਫਰ ਹੈ ਉਹ ਸਰੋਂ ਦੇ ਵਿੱਚ ਜਾਂ ਕਿਸੇ ਵੀ ਚੀਕ ਦੇ ਵਿੱਚ ਸਲਫਰ ਦੀ ਸਪਰੇ ਜਿਹੜੀ ਕਰਦੇ ਆ ਤਾਂ ਉਹ ਪੱਤੇ ਦੇ ਵਿੱਚ ਪਾਣੀ ਨੂੰ ਜੰਮਣ ਨਹੀਂ ਦਿੰਦਾ ਜਿਸ ਕਰਕੇ ਕੋਰੇ ਦੇ ਪ੍ਰਭਾਵ ਤੋਂ ਕੁਝ ਹੱਦ ਤੱਕ ਬਚਾਅ ਹੋ ਜਾਂਦਾ ਹੈ ਤੇ ਨੰਬਰ 2 ਤੇਲ ਵਾਲੀਆਂ ਫਸਲਾਂ ਨੂੰ ਸਲਫਰ ਦੀ ਥੋੜੀ ਜਿਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਬੇਸ਼ੱਕ ਆਪਾਂ ਜ਼ਮੀਨ ਦੇ ਵਿੱਚ ਸਲਫਰ ਪਾਇਆ ਹੈ ਪਰ ਜੇ ਆਪਾਂ ਉੱਪਰ ਤੋਂ ਐਕਸਟਰਾ ਸਪਰੇਆ ਕਰਦੇ ਆ ਤਾਂ ਉਹਦਾ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਤਸਪਰੀਆਂ ਕਰਨੀਆਂ ਜਦੋਂ ਫਲੀਆਂ ਬਣਨੀਆਂ ਸ਼ੁਰੂ ਹੋ ਜਾਣ ਫੁੱਲ ਫੁੱਲਾਂ ਤੋਂ ਫਲੀਆਂ ਕਨਵਰਟ ਹੋਣੀਆਂ ਸ਼ੁਰੂ ਹੋ ਜਾਣ ਦੋ ਸਪ੍ਰੇਆਂ ਕਰਨੀਆਂ ਜੀ ਇਹਦੀਆਂ ਆਪਾਂ 10 ਤੋਂ 15 ਦਿਨਾਂ ਦੇ ਵਿਕਪੇ ਦੇ ਅਨੁਸਾਰ ਤੁਸੀਂ ਇਹਦੀਆਂ ਦੋ ਸਪ੍ਰੇਆਂ ਕਰ ਦੋ ਤਾਂ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਜੇ ਤਾਂ ਵੀਡੀਓ ਕੁ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ